ਬੇਗਮ ਦੇ ਮੌਜੂਦ ਤੇ ਬਹੁਤ ਸਾਰੀਆਂ ਨਜ਼ਮਾਂ ਚੱਲੀਆਂ ਜੀ, ਤੇ ਉਹ ਬਸਰਾ ਸਾਹਿਬ ਨੇ ਜਨਾਬ ਉਹ ਰੈਫਰ ਕੀਤਾ ਇੱਕ। ਹਰ ਬੰਦੇ ਦੀ ਬੇਗਮ ਜਿਸ ਤਰ੍ਹਾਂ ਮਤਲਬ ਇੱਜ਼ਤ ਕਰਦੀ ਆ ਨਾ ਅਫਸਰਾਂ ਦੀਆਂ ਔਰ ਐਮ ਪੀ ਐਮ ਐਨ ਦੀਆਂ, ਮਾਸ਼ਾਅੱਲਾ ਉਸ ਤਰ੍ਹਾਂ ਹੀ ਜਿਹੜੇ ਨੇ। ਦੁਨੀਆਂ 'ਚ ਦੋ ਕਿਸਮ ਦੇ ਮਰਦ ਨੇ ਜੀ ਜੀ, ਇੱਕ ਨੇ ਜਿਹੜੇ ਆਪਣੀਆਂ ਬੀਵੀਆਂ ਤੋਂ ਡਰਦੇ ਨੇ, ਹਾਂਜੀ, ਦੂਸਰੇ ਉਹਨੇ ਜਿਹੜੇ ਝੂਠ ਬੋਲਦੇ ਨੇ। ਹਾਂ, ਸੁਭਾਨ ਅੱਲਾਹ, ਸੁਭਾਨ ਅੱਲਾਹ, ਸੁਭਾਨ ਅੱਲਾਹ। ਇਹ ਟੌਰਚ ਔਰ ਪੱਗ ਸ਼ੱਗ ਗੱਲਬਾਤ ਵਾਲਿਆ, ਟੌਰਚ ਔਰ ਗੱਲਬਾਤ ਵਾਲਿਆ, ਤੇ ਹਰ ਇੱਕ ਮਸਲੇ ਦਾ ਮੇਰੇ ਕੋਲ ਹੱਲ ਆ। ਟੌਰਚ ਔਰ ਪੱਗ ਸ਼ੱਗ ਗੱਲਬਾਤ ਵਾਲਿਆ ਤੇ ਹਰ ਇੱਕ ਮਸਲੇ ਦਾ ਮੇਰੇ ਕੋਲ ਹੱਲ ਆ। ਬਸ ਮੇਰੇ ਦਿਲ ਵਿੱਚ ਇੱਕੋ ਹੀ ਇੱਕ ਸਾਲ ਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਪਾਰਟੀ ਨੇ ਟਿਕਟ ਦਿੱਤਾ, ਵੋਟਾਂ 'ਤੇ ਖਲੋਇਆ ਵਾਂ, ਹਲਕੇ 'ਚੋਂ ਤਿੰਨ ਵਾਰੀ ਚੇਅਰਮੈਨ ਹੋਇਆ ਵਾਂ, ਵੈਰੀਆਂ ਨੂੰ ਅੱਗੇ ਲਾ ਕੇ ਦਿੱਤਾ ਮੈਂ ਦਬਾਲਿਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਗੱਡੀ ਛੱਡੀ ਗੰਨ ਮੈਨ ਡੇਰਾ ਡੰਡਾ ਠੀਕ ਆ, ਗੱਡੀ ਛੱਡੀ ਗੰਨ ਮੈਨ ਡੇਰਾ ਡੰਡਾ ਠੀਕ ਆ, ਵੀ ਡੇਰੇ ਉੱਤੇ ਸੱਜਣ ਵਾਲੀ ਸ਼ੀਰਾ ਮੰਡਾ ਠੀਕ ਆ, ਡੇਰੇ ਉੱਤੇ ਸੱਜਣ ਵਾਲੀ ਸ਼ੀਰਾ ਮੰਡਾ ਠੀਕ ਆ, ਵੀ ਹਰ ਇੱਕ ਮਸਲੇ ਦਾ ਮੇਰੇ ਕੋਲ ਹੱਲ ਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਸੱਸ ਨੇ ਵੀ ਮੇਰੇ ਘਰ ਲਾਏ ਹੋਏ ਡੇਰੇ ਨੇ, ਹਫ਼ਤੇ 'ਚ ਚਾਰ ਵਾਰੀ ਸਾਲੀਆਂ ਦੇ ਫੇਰੇ ਨੇ, ਸਾਲੇ ਮੇਰੇ ਆ ਕੇ ਸਾਰਾ ਖਾਈ ਜਾਂਦੇ ਫਾਲਿਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਉਲਮਾ ਕਿਰਾਮ ਵਿੱਚ ਆਪਣਾ ਮੁਕਾਮ ਆ। ਅੱਲਾ ਦੀ ਰਹਿਮਤ ਹੈ ਜੀ, ਮਾਸ਼ਾਅੱਲਾ, ਤੁਹਾਡੇ ਸ਼ਹਿਰ ਦੇ ਜਈਏ ਤੇ ਉਲਮਾ ਸ਼ੁਮਾਰ, ਉਲਮਾ ਕਿਰਾਮ ਵਿੱਚ ਆਪਣਾ ਮੁਕਾਮ ਆ, ਘਰ ਦੀ ਹਲਾਲ ਰੋਟੀ ਮੇਰੇ 'ਤੇ ਹਰਾਮ ਆ, ਅਮਨ ਕਮੇਟੀ ਵਿੱਚ ਮੇਰੀ ਬੜੀ ਗੱਲ ਆ। ਬੇਗਮ ਮੈਨੂੰ ਕਹਿ ਦਿੰਦੀ ਤੇਰੀ ਕਿਹੜੀ ਗੱਲ ਆ, ਐਮ ਪੀ ਏ ਐਮ ਐਨ ਏ ਡੀ ਸੀ ਓ ਵਜ਼ੀਰ ਸਭ ਬੇਗਮਾਂ ਦੇ ਥੱਲੇ ਲੱਗੇ, ਮੌਲਵੀ ਅਤੇ ਪੀਰ ਸਭ ਬੇਗਮ ਦੀ ਬੜਕ ਅੱਗੇ ਸਾਰੇ ਜਾਂਦੇ ਚੱਲ ਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਬੁਖਾਰੀ ਸਾਹਿਬ ਮਤਲਬ ਮਾਸ਼ਾਅੱਲਾ ਤਲੀਮ ਆ, ਤਿੰਨ ਐਮ ਫਿਲ ਕੀਤਾ, ਡਬਲ ਮੈਥ ਕੋਈ ਮਖੌਲ ਆ, ਐਮ ਫਿਲ ਕੀਤਾ, ਉਹ ਜਿਹਦੇ ਲਈ ਕੀਤਾ ਉਹ ਵੀ ਮੈਂ ਦੱਸਣਾ, ਐਮ ਫਿਲ ਕੀਤਾ, ਡਬਲ ਮੈਥ ਕੋਈ ਮਖੌਲ ਆ, ਬੱਚਿਆਂ ਦੇ ਪੈਂਪਰਾਂ ਦਾ ਹਿਸਾਬ ਮੇਰੇ ਕੋਲ ਆ, ਬੱਚਿਆਂ ਦੇ ਪੈਂਪਰਾਂ ਦਾ ਹਿਸਾਬ ਮੇਰੇ ਕੋਲ ਆ, ਮੈਨੂੰ ਪਤਾ ਕਿੰਨੇ ਘਰ ਦੜੀਆਂ ਕੰਬਲਿਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਅੱਛਾ ਫਿੱਟੇ ਮੁੰਝ ਕਹਿ ਦਿੰਦੀ ਮੈਂ ਕੋਈ ਫਟ ਜਾਣਾ, ਉਹ ਫਿੱਟੇ ਮੁੰਝ ਕਹਿ ਦਿੰਦੀ ਮੈਂ ਕੋਈ ਫਟ ਜਾਣਾ, ਘਟੀਆ ਜੇ ਆਖ ਦੇਵੇ ਮੈਂ ਕੋਈ ਘੱਟ ਜਾਣਾ, ਉਹ ਕਿਹੜਾ ਮੇਰੇ ਸਾਹਮਣੇ ਆਖਦੀ ਚਵਲ ਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਐਡੀ ਵੀ ਨਹੀਂ ਗੱਲ ਰਹੀ ਮਾਰ ਇੱਕ ਮੁੱਕੀ ਦੀ, ਗੈਰਤ ਹੁੰਦੀ ਇਨਸਾਨ ਦੀ, ਮਰਦ ਦੀ ਗੈਰਤ ਨਾ ਹੋਵੇ ਤਾਂ ਫਿਰ ਐਡੀ ਵੀ ਨਹੀਂ ਗੱਲ ਰਹੀ ਮਾਰ ਇੱਕ ਮੁੱਕੀ ਦੀ, ਉਂਝ ਜ਼ਰਾ ਬੇਗਮ ਅੱਗੇ ਧੌਣ ਨਹੀਂ ਨਾ ਚੁੱਕੀ ਦੀ, ਉਂਝ ਜ਼ਰਾ ਬੇਗਮ ਅੱਗੇ ਧੌਣ ਨਹੀਂ ਨਾ ਚੁੱਕੀ ਦੀ, ਉਹ ਪਤਾ ਹੈ ਵੀ ਕਮਲੀ ਦਾ ਗੁੱਸਾ ਘੜੀ ਪਾ ਲਿਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਹੁਣ ਕੋਈ ਗੱਲ ਹੋਈ ਜਾਣਾ ਆਪਾਂ ਤੇੜਿਆ, ਬੇਗਮ ਦੇ ਨਾਲ ਹੁਣ ਲੱਗ ਜਾਣਾ ਪੇੜਿਆ, ਲੱਗਦਾ ਹੈ ਦੋਵਾਂ ਵਿੱਚ ਗੋਲੀ ਜਾਣੀ ਚੱਲ ਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਅਤੇ ਈਦ ਸ਼ਬਰਾਤ ਹੋਵੇ, ਲੀੜਾ ਲੱਤਾ ਪਾਉਣਾ ਹੋਵੇ, ਮੰਗਣੀ ਦਾ ਦੇਣ ਹੋਵੇ, ਸ਼ਾਦੀ ਉੱਤੇ ਜਾਣਾ ਹੋਵੇ, ਬੱਚੇ ਮੈਨੂੰ ਆਖਦੇ ਨੇ ਉੱਠ ਅੱਬਾ ਚੱਲ ਆ, ਬੇਗਮ ਅੱਗੋਂ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ। ਮੇਰੇ ਵੱਲੋਂ ਬੇਗਮ ਦੀ ਇੱਜ਼ਤ ਅਖੀਰ ਆ, ਮੇਰੇ ਵੱਲੋਂ ਬੇਗਮ ਦੀ ਇੱਜ਼ਤ ਅਖੀਰ ਆ, ਦੱਸੀਦਾ ਹੈ ਲੋਕਾਂ ਨੂੰ ਕਿ ਬੇਗਮ ਮੇਰੀ ਪੀਰ ਆ, ਆਓ ਸਾਰੇ ਮੰਨ ਲਈਏ ਗੱਲ ਇਹ ਡਰਾਲ ਆ। ਬੇਗਮ ਮੈਨੂੰ ਕਹਿ ਦਿੰਦੀ ਇਹਦੀ ਕਿਹੜੀ ਗੱਲ ਆ, ਬਹੁਤ ਮਿਹਰਬਾਨੀ ਨਵਾਜ਼ ਜੀ, ਬਹੁਤ ਜਨਾਬ। ਉਮੀਦ ਹੈ ਕਿ ਆਪਕੀ ਈਦ ਕੀ ਖੁਸ਼ੀਆਂ ਦੁਬਾਲਾ ਹੋ ਗਈ ਹੋਗੀ, ਇਤਨੇ ਖੂਬਸੂਰਤ ਅਸ਼ਾਰ ਹਮਾਰੇ ਪੰਜਾਬ ਔਰ ਇਸ ਧਰਤੀ ਕੇ ਜੋ, ਇਹ ਸਿਰਫ ਸ਼ਾਇਰੀ ਨਹੀਂ ਹੋਤੀ, ਇਹ ਹਮਾਰਾ ਜੋ ਕਲਚਰ ਹੈ ਉਸਕਾ ਇਜ਼ਹਾਰ ਹੋਤਾ ਹੈ, ਔਰ ਇਹ ਜੋ ਸ਼ਾਇਰ ਹੈ ਇਹ ਬੜੇ ਬਾਰੀਕ ਬੀਨ ਹੋਤੇ ਹੈ, ਇਨਕਾ ਜੋ ਮੁਸ਼ਾਹਦਾ ਹੈ ਵੋ ਆਮ ਲੋਗੋਂ ਸੇ ਬਹੁਤ ਜ਼ਿਆਦਾ ਹੋਤਾ ਹੈ। ਤੋ ਇੱਕ ਨਸਲ ਨਿਗਾਰ ਜੋ ਇੱਕ ਪੂਰੇ ਨਾਵਲ ਮੇਂ ਲਿਖਤਾ ਹੈ, ਸ਼ਾਇਰ ਇੱਕ ਨਜ਼ਮ ਮੇਂ ਲਿਖਤਾ ਹੈ, ਔਰ ਬੜੇ ਸ਼ਾਇਰ ਇੱਕ ਸ਼ੇਰ ਮੇਂ ਵੋ ਬਾਤ ਕਰ ਦੇਤੇ ਹੈ। ਸੋ ਆਜ ਵੀ ਹਮਨੇ ਆਪਣੇ ਕਲਚਰ ਕੋ, ਆਪਣੇ ਪਿਆਰ ਕੋ, ਆਪਣੀ ਮੁਹੱਬਤ ਕੋ, ਆਪਣੀ ਇਸ ਧਰਤੀ ਕੇ ਸਾਥ ਜੁੜਤ ਕੋ, ਔਰ ਇਸ ਈਦ ਕੇ ਸਾਥ ਆਪਣੇ ਪਿਆਰ ਕੋ ਸ਼ੇਰੋ ਕੀ ਸ਼ਕਲ ਮੇਂ ਆਪ ਤੱਕ ਪਹੁੰਚਾਇਆ। ਖੁਸ਼ ਰਹੇ ਆਬਾਦ।